जी सर, बीइंग ओरिजिनल होना चाहिए, किसी नूं कॉपी नहीं सी करना हरेक आर्टिस्ट ले, सिर्फ एंकर ले नहीं, हरेक आर्टिस्ट ले। ਤੁਸੀਂ ਕਿਸੇ ਨੂੰ ਕਾਪੀ ਨਾ ਕਰੋ ਜਾਂ ਫਿਰ ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਨਾ ਕਰੋ। ਤੁਸੀਂ ਓਰੀਜਨਲ ਰਹੋ, ਜੋ ਤੁਸੀਂ ਕਰ ਸਕਦੇ ਹੋ ਉਹੀ ਕਰੋ, ਔਰ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕਰਨੀ ਹੈ ਸਿਰਫ ਉਸ ਉੱਤੇ ਹੀ ਫੋਕਸ ਕਰੋ ਤੇ ਕੁਛ ਹੋਰ ਬਣਨ ਦੀ ਕੋਸ਼ਿਸ਼ ਨਾ ਕਰੋ। ਔਰ ਇਸ ਪ੍ਰੋਫੈਸ਼ਨ ਦੇ ਵਿੱਚ ਕੁਛ ਹੋਰ ਬਣਨ ਦੇ ਚੱਕਰ ਦੇ ਵਿੱਚ ਕਈ ਪਰਸਨ ਹੈਗੇ ਆ ਜੋ ਉਹ ਆਪਣੀ ਆਈਡੈਂਟੀਟੀ ਖੋ ਬੈਠੇ ਹੈ। ਸਰ ਤੁਸੀਂ ਬਹੁਤ ਚੰਗੀ ਗੱਲ ਕੀਤੀ, ਤੁਸੀਂ ਕਹਿੰਦੇ ਵੀ ਕਿਸੇ ਨੂੰ ਕਾਪੀ ਨਹੀਂ ਕਰਨਾ ਚਾਹੀਦਾ, ਅਸੀਂ ਜੋ ਹੈ ਉਹੀ ਸਾਹਮਣੇ ਲੈ ਕੇ ਆਈਏ, ਬਟ ਕਈ ਪਰਸਨਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਹੈ ਕੀ ਆ, ਹੈ ਨਾ। ਹੁਣ ਐਡੇ ਵੱਡੇ ਇੰਸਟੀਟਿਊਟਸ ਖੁੱਲ੍ਹੇ ਆ, ਉੱਥੋਂ ਅਸੀਂ ਸਿੱਖਦੇ ਹਾਂ। ਹੁਣ ਜਿੱਦਾਂ ਵੱਡੇ ਵੱਡੇ ਐਂਕਰਸ ਹੋ, ਜਿੱਦਾਂ ਸੋਨੂੰ ਸੈਮ ਜੀ, ਤੁਸੀਂ ਹੋ, ਗਿਰੀ ਸ਼ਰਮਾ, ਹੈ ਨਾ, ਤੇ ਲੋਕੀ ਤੁਹਾਡੇ ਵਰਗਿਆਂ ਦੀ ਵੀਡੀਓਸ ਦੇਖ ਕੇ ਲੋਕ ਸਿੱਖਦੇ ਆ ਨਾ, ਫਿਰ ਉਹਨਾਂ ਦੀ ਵੀਡੀਓਸ ਦੇਖ ਕੇ ਮਤਲਬ ਉਹਨਾਂ ਨੂੰ ਅਸੀਂ ਦੇਖੀਓ ਕੀ ਕਰ ਰਹੇ ਹਾਂ, ਬਟ ਸਟਾਈਲ ਆਪਣਾ ਕਾਪੀ ਕਰੀਏ, ਉਹਨਾਂ ਦਾ ਸਟਾਈਲ ਨਾ ਕਾਪੀ ਕਰੀਏ। ਡੂ ਯੂ ਵਾਂਟ ਟੂ ਸੇ ਦਿਸ? ਦੱਸਦਾ ਜੀ, ਤੁਸੀਂ ਸਕੂਲ ਦੇ ਵਿੱਚ ਜਾਂਦੇ ਹੋ, ਕਾਲਜ ਦੇ ਵਿੱਚ ਜਾਂਦੇ ਹੋ, ਤੇ ਤੁਹਾਨੂੰ ਪ੍ਰੋਫੈਸਰ ਕੁਛ ਨਾ ਕੁਛ ਸਮਝਾਉਂਦੇ ਆ, ਪ੍ਰੋਫੈਸਰ ਤੁਹਾਨੂੰ ਪੜ੍ਹਾਉਂਦੇ ਆ, ਤੁਹਾਡਾ ਫਰਜ਼ ਬਣਦਾ ਜੋ ਪੜ੍ਹਾ ਰਹੇ ਹੈ ਜਾਂ ਕੁਛ ਸਿਖਾ ਰਹੇ ਹੈ ਤੁਸੀਂ ਉਸ ਨੂੰ ਸਿੱਖੋ, ਨਾ ਕਿ ਕੱਲ੍ਹ ਨੂੰ ਤੁਸੀਂ ਉਹ ਪ੍ਰੋਫੈਸਰ ਬਣਨ ਦੀ ਕੋਸ਼ਿਸ਼ ਕਰੋ। ਕਿੰਨੀ ਵੱਡੀ ਗੱਲ ਹੈ, ਠੀਕ ਹੈ ਨਾ ਜੀ। ਜੋ ਉਹ ਪ੍ਰੋਫੈਸਰ ਨੇ ਉਹ ਉਹੀ ਰਹਿਣਗੇ, ਕੱਲ ਨੂੰ ਜੇ ਤੁਸੀਂ ਵੀ ਪ੍ਰੋਫੈਸਰ ਬਣਦੇ ਹੋ ਤਾਂ ਤੁਹਾਡੀ ਆਈਡੈਂਟੀਟੀ ਅਲੱਗ ਹੋਏਗੀ, ਠੀਕ ਹੈ ਨਾ। ਤੁਸੀਂ ਉਹ ਤੋਂ ਸਿੱਖੋ, ਨਾ ਕਿ ਤੁਸੀਂ ਉਹ ਚੀਜ਼ ਬਣਨ ਦੀ ਕੋਸ਼ਿਸ਼ ਕਰੋ, ਤਾਂ ਤੁਹਾਡੀ ਜੋ ਓਰਿਜਨੈਲਿਟੀ ਹੈਗੀ ਹੈ ਤੁਸੀਂ ਖੁਦ ਜੋ ਹੋ ਉਹ ਰਹੋਗੇ। ਅਗਰ ਤੁਸੀਂ ਕੁਛ ਹੋਰ ਬਣਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੀ ਆਪਣੀ ਆਈਡੈਂਟੀਟੀ ਵੀ ਖਤਮ ਹੋਏਗੀ ਔਰ ਤੁਸੀਂ ਦੂਸਰਾ ਬਣ ਨਹੀਂ ਪਾਓਗੇ। ਤੇ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਯੂਨੀਕ ਬਣਾਇਆ, ਹੈ ਨਾ, ਤੇ ਆਪਣੀ ਯੂਨੀਕਨੈਸ ਨੂੰ ਸਾਹਮਣੇ ਲੈ ਕੇ ਆਉਣਾ ਚਾਹੀਦਾ। ਪਰਮਾਤਮਾ ਨੇ ਹੱਥਾਂ ਦੀਆਂ ਜਿਹੜੀਆਂ ਫਿੰਗਰਪ੍ਰਿੰਟਸ ਹੁੰਦੇ ਆ ਉਹ ਸਭ ਦੇ ਅਲੱਗ ਅਲੱਗ ਬਣਾਏ, ਪੂਰੀ ਦੁਨੀਆਂ ਦੇ ਵਿੱਚ ਕਿਸੇ ਦੇ ਇੱਕ ਦੂਜੇ ਨਾਲ ਮੈਚ ਨਹੀਂ ਨਾ ਕਰਦੇ। ਜੇ ਪਰਮਾਤਮਾ ਨੇ ਇਹ ਚੀਜ਼ਾਂ ਦੇ ਵਿੱਚ ਫਰਕ ਰੱਖਿਆ ਤੇ ਤੁਸੀਂ ਕਿਉਂ ਕਿਸੇ ਵਰਗਾ ਬਣਨਾ ਚਾਹੁੰਦੇ ਹੋ? ਤੁਸੀਂ ਆਪਣੇ ਵਰਗਾ ਬਣੋ, ਜੋ ਪਰਮਾਤਮਾ ਨੇ ਤੁਹਾਨੂੰ ਬਣਾਇਆ ਨਾ ਤੁਸੀਂ ਉਹ ਬਣੋ, ਨਾ ਕਿ ਕੁਛ ਹੋਰ ਬਣਨ ਦੀ ਕੋਸ਼ਿਸ਼ ਕਰੋ। ਸਰ, ਇੱਕ ਗੁੱਡ ਐਂਕਰ ਵਿੱਚ ਕਿਹੜੀ ਕਿਹੜੀ ਕੁਆਲਿਟੀਜ਼ ਹੋਣੀ ਚਾਹੀਦੀਆਂ ਜੇਕਰ ਇੱਕ ਗੁੱਡ ਐਂਕਰ ਹੈ? ਸਭ ਤੋਂ ਪਹਿਲਾਂ ਉਹਨੂੰ ਇੱਕ ਅੱਛਾ ਇਨਸਾਨ ਹੋਣਾ ਚਾਹੀਦਾ, ਔਰ ਉਸ ਤੋਂ ਬਾਅਦ ਇੱਕ ਐਂਕਰ ਹੁੰਦਾ ਜਿਹੜਾ ਉਸਨੂੰ ਸੁਣਨ ਵਾਲੇ ਬਹੁਤ ਲੋਕ ਹੁੰਦੇ ਨੇ, ਔਰ ਜਦੋਂ ਐਂਕਰ ਬੋਲਦਾ ਤਾਂ ਉਸਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਹਮਣੇ ਕਿਸ ਧਰਮ ਦੇ, ਕਿਸ ਜਾਤ ਪਾਤ ਦੇ ਜਾਂ ਫਿਰ ਕਿਸ ਰੰਗ ਰੂਪ ਦੇ ਲੋਕ ਬੈਠੇ ਨੇ। ਤਾਂ ਤੁਹਾਡੇ ਸ਼ਬਦਾਂ ਦੇ ਵਿੱਚ ਕੋਈ ਵੀ ਐਸੀ ਚੀਜ਼ ਨਹੀਂ ਹੋਣੀ ਚਾਹੀਦੀ ਜਾਂ ਫਿਰ ਤੁਹਾਡੀ ਸ਼ਬਦਾਵਲੀ ਕੁਛ ਐਸੀ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਥੋੜਾ ਵੀ ਹਰਟ ਹੋਵੇ। ਤੁਸੀਂ ਹਰੇਕ ਚੀਜ਼ ਨੂੰ ਸਮਾਨਤਾ ਦੇ ਨਾਲ ਬੋਲੋ, ਐ ਨਾ ਕਰੋ ਕਿ ਹਾਂ ਵੀ ਜੇ ਤੁਹਾਡੇ ਸਾਹਮਣੇ ਅਮੀਰ ਵੀ ਬੈਠੇ ਨੇ ਤੇ ਗਰੀਬ ਵੀ ਬੈਠੇ ਨੇ ਤਾਂ ਤੁਸੀਂ ਅਮੀਰਾਂ ਦੀ ਗੱਲ ਕਰੋ, ਇਹਦੇ ਨਾਲ ਗਰੀਬਾਂ ਨੂੰ ਇਹ ਲੱਗੇਗਾ ਕਿ ਹਾਂ ਵੀ ਸ਼ਾਇਦ ਸਾਡੇ ਲਈ ਕੁਛ ਹੈ ਨਹੀਂ ਆ। ਤੁਸੀਂ ਸਮਾਨਤਾ ਦੀ ਗੱਲ ਕਰੋ, ਇਹ ਤੁਹਾਡੀ ਡਿਊਟੀ ਹੈ, ਪਰਮਾਤਮਾ ਨੇ ਤੁਹਾਨੂੰ ਇਹ ਡਿਊਟੀ ਦਿੱਤੀ ਹੈ ਕਿ ਤੁਸੀਂ ਸਟੇਜ ਤੇ ਖੜ ਕੇ ਇੰਨੇ ਲੋਕਾਂ ਨੂੰ ਕੁਛ ਨਾ ਕੁਛ ਬੋਲ ਸਕੋ। ਸਰ, ਮੇਰਾ ਹਮੇਸ਼ਾ ਇਹ ਇਸ਼ੂ ਰਹਿੰਦਾ ਜਦੋਂ ਵੀ ਮੈਂ ਐਂਕਰਿੰਗ ਕਰਦੀ ਹਾਂ, ਹੈ ਨਾ, ਤੇ ਮੈਨੂੰ ਆਦਤ ਹੈ ਕਿ ਮੈਨੂੰ ਟੋਂਟ ਕੱਸਣ ਦੀ, ਕਿਸੇ ਤੇ ਵਿਅੰਗ ਕੱਸਣ ਦੀ, ਜਿਵੇਂ ਕਪਿਲ ਸ਼ਰਮਾ ਜੀ ਗ੍ਰੇਟ ਐਂਕਰ ਹੈ ਸਾਡੇ ਪੰਜਾਬ ਤੋਂ ਹੀ, ਹੈ ਨਾ, ਬਾਲੀਵੁੱਡ ਲੈਵਲ ਤੱਕ ਕੰਮ ਕਰ ਰਹੇ ਨੇ, ਜਿੱਦਾਂ ਉਹ ਬਹੁਤ ਮਜ਼ਾਕ ਬਣਾ ਦਿੰਦੇ ਨੇ ਦੂਸਰੇ ਬੰਦੇ ਦਾ, ਬਟ ਕਹਿੰਦੇ ਦੂਜਿਆਂ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ, ਬਟ ਐਂਕਰ ਦਾ ਕੰਮ ਹੈ ਇੰਟਰਟੇਨਮੈਂਟ ਕਰਨਾ। ਜੇ ਅਸੀਂ ਉਹਨੂੰ ਕਹਿਤਾ ਕਿ ਆਪਕੇ ਥੋੜੇ ਵਾਲ ਕੰਮ ਹੈ, ਲੱਗਤਾ ਹੈ ਆਪ ਮੈਰਿਡ ਹੋ, ਹੈ ਨਾ, ਕਿਉਂਕਿ ਮੈਰਿਡ ਬੰਦੇ ਕੀ ਵਾਲ ਕੰਮ ਹੋਤੇ ਹੈ, ਹੈ ਨਾ, ਜਬ ਪਤਨੀ ਪਿਆਰ ਕਰਦੀ ਹੈ ਤਾਂ ਵਾਲ ਕੰਮ ਹੋ ਜਾਂਦੇ ਹੈ, ਜਾਂ ਕਿਸੇ ਦਾ ਪੇਟ ਥੋੜਾ ਵੱਡਾ ਹੈ ਨਾ, ਉਹਨੂੰ ਵੀ ਦੇਖ ਕੇ ਕੁਛ ਇਹੋ ਜਿਹੇ ਟੋਂਟ ਮਾਰਤਾ, ਹੈ ਨਾ, ਕਿ ਆਪਕੇ ਪੇਟ ਸੇ ਲਗਤਾ ਆਪ ਸ਼ਾਦੀ ਸ਼ੁਦਾ ਹੋ, ਜਾਂ ਦਾਰੂ ਵਾਲੇ ਕੀ ਲਈ ਜ਼ਿਆਦਾ ਤੰਗ ਕਰਦੇ, ਐਸਾ ਕੁਛ ਵੀ, ਹੈ ਨਾ, ਤਾਂ ਫਿਰ ਸਾਹਮਣੇ ਵਾਲੇ ਕਈ ਵਾਰ ਮਾਈਂਡ ਹੋ ਜਾਂਦਾ ਇਸ ਗੱਲ ਦਾ, ਮਤਲਬ ਮੈਨੂੰ ਇਹ ਦਾਰੂ ਵਾਲੇ ਕੀੜੇ ਆ ਜਿਹੜੇ, ਹਾਂਜੀ, ਇਹਨੂੰ ਛੱਡ ਕੇ ਬਾਕੀ ਮੈਨੂੰ ਇਹ ਕਿਉਂ ਫੀਲ ਹੋ ਰਿਹਾ ਤੁਸੀਂ ਸਾਰੇ? ਨਹੀਂ, ਆਪਕੇ ਬਾਲ ਤਾਂ ਬਹੁਤ ਅੱਛੇ ਮੇਰੇ ਕੋ ਦਿਖ ਰਹੇ ਹੈ, ਔਰ ਪੇਟ ਤਾਂ ਚਲੋ ਅਭੀ ਨਹੀਂ ਹੁੰਦਾ, ਮੈਂ ਦਾਦਾ ਵੀ ਨਹੀਂ ਹੁੰਦਾ। ਇਹ ਹਰੇਕ ਚੀਜ਼ ਦਾ ਨਾ, ਹੁਣ ਡਾਕਟਰ ਹੈ, ਜੇ ਤੁਸੀਂ ਡਾਕਟਰ ਨੂੰ ਕਹੋਗੇ ਕਿ ਇੰਜੈਕਸ਼ਨ ਨਹੀਂ ਲਗਾਉਣਾ ਤਾਂ ਉਹਦਾ ਕੰਮ ਕਿਵੇਂ ਚੱਲੇਗਾ? ਠੀਕ ਹੈ ਨਾ, ਇੰਜੈਕਸ਼ਨ ਲਗਾਏਗਾ, ਚੁੱਭੇਗਾ, ਤਾਂ ਹੀ ਉਹ ਆਪਣੀ ਮਰੀਜ਼ ਦਾ ਇਲਾਜ ਕਰ ਸਕੇਗਾ। ਉਵੇਂ ਹੀ ਇੱਕ ਆਰਟਿਸਟ ਹੈ, ਉਹ ਆਪਣਾ ਵੀ ਮਜ਼ਾਕ ਬਣਾਉਂਦਾ, ਇਹਦਾ ਮਤਲਬ ਨਹੀਂ ਹੈ ਕਿ ਲੋਕਾਂ ਦਾ ਮਜ਼ਾਕ ਬਣਾ ਰਿਹਾ, ਉਹ ਕਈ ਵਾਰ ਆਪਣੇ ਆਪ ਦਾ ਵੀ ਮਜ਼ਾਕ ਬਣਾਉਂਦਾ। ਉਹ ਜੋਕਰ ਹੁੰਦਾ, ਜੋਕਰ ਦੇਖਿਆ ਨਾ, ਜੋਕਰ ਆਪਣੇ ਆਪ ਦਾ ਮਜ਼ਾਕ ਬਣਾ ਕੇ ਲੋਕਾਂ ਨੂੰ ਹਸਾਉਂਦਾ ਹੈ, ਉਸੇ ਤਰ੍ਹਾਂ ਇੱਕ ਆਰਟ ਹੈਗੀ ਹੈ ਕਿਸੇ ਪਰਸਨ ਨੂੰ ਪਕੜ ਕੇ ਉਹਦੇ ਲਈ ਗੱਲਾਂ ਕਰਕੇ, ਉਹਦੇ ਬਾਰੇ ਗੱਲਾਂ ਕਰਕੇ ਆਪਾਂ ਜੇ ਕਿਸੇ ਦੁਨੀਆਂ ਨੂੰ ਹਸਾ ਰਹੇ ਹਾਂ, ਇਹ ਕੋਈ ਬੁਰੀ ਗੱਲ ਨਹੀਂ ਹੈ। ਓਕੇ,
ਕੁਆਲਿਟੀਜ਼ ਦੀ ਗੱਲ ਹੋ ਰਹੀ ਸੀ ਕਿ ਐਂਕਰਸ ਵਿੱਚ ਕਿਹੜੀ ਕਿਹੜੀ ਕੁਆਲਿਟੀਜ਼ ਹੋਣੀ ਚਾਹੀਦੀਆਂ। ਪਹਿਲੀ ਤੁਸੀਂ ਕੁਆਲਿਟੀ ਕਹੀ ਕਿ ਅੱਛਾ ਇਨਸਾਨ ਹੋਣਾ ਚਾਹੀਦਾ, ਦੂਜੇ ਕਿਸੇ ਨੂੰ ਕਾਪੀ ਨਹੀਂ ਕਰਨਾ। ਹੋਰ ਕੁਆਲਿਟੀਜ਼? ਹੋਰ ਸਭ ਤੋਂ ਵੱਡੀ ਕੁਆਲਿਟੀ ਇਹੀ ਹੈ, ਮੈਂ ਜਿਹੜਾ ਤੁਹਾਨੂੰ ਕਿਹਾ ਹੈ ਕਿ ਕਿਸੇ ਨੂੰ ਐਸੀ ਸ਼ਬਦਾਵਲੀ ਨਹੀਂ ਬੋਲਣੀ ਜਿਸ ਦੇ ਨਾਲ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਹਰਟ ਹੋਵੇ, ਓਕੇ, ਬੁਰਾ ਲੱਗੇ। ਓਕੇ, ਤੁਹਾਨੂੰ ਤਾਂ ਨਹੀਂ ਹਰਟ ਹੋਇਆ, ਮੈਂ ਤੁਹਾਨੂੰ ਕਿਹਾ, ਮੈਂ ਤਾਂ ਤੁਹਾਨੂੰ ਲੱਗਿਆ। ਓਕੇ ਸਰ, ਹੋਰ ਕੁਆਲਿਟੀਜ਼? ਹੋਰ ਕੁਆਲਿਟੀਜ਼ ਦੱਸੋ। ਜਿਵੇਂ ਸਰ ਮੈਂ ਤੁਹਾਡੇ ਵਿੱਚ ਇੱਕ ਗੱਲ ਨੋਟ ਕੀਤੀ ਹੈ, ਤੁਸੀਂ ਬੜਾ ਮਿੱਠਾ ਬੋਲਦੇ ਹੋ, ਮਿੱਠਾ ਬੋਲ ਕੇ ਤੁਸੀਂ ਲੋਕਾਂ ਦੀ ਜਾਨ ਕੱਢ ਲੈਂਦੇ ਹੋ, ਹੈ ਨਾ। ਮੀਨਸ ਇੱਧਰ ਜੇ ਇਸ ਏਰੀਏ ਵਿੱਚ ਆ ਜਾਈਏ, ਹਨੂੰਮਾਨਗੜ੍ਹ ਸਾਈਡ, ਇੱਧਰ ਵੈਸੇ ਰਾਜਸਥਾਨ ਦੇ ਲੋਕ ਤਾਂ ਬਹੁਤ ਚੰਗੇ ਆ, ਤੁਹਾਡੇ ਡਾਇੰਗ ਫੈਨਸ ਨੇ ਇੱਧਰ, ਹੈ ਨਾ। ਤਾਂ ਕਿੱਦਾਂ ਤੁਸੀਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਮਤਲਬ ਜਗ੍ਹਾ, ਇੰਨੀ ਜ਼ਿਆਦਾ ਤੁਸੀਂ ਜਗ੍ਹਾ ਬਣਾਈ ਹੋਈ ਹੈ ਲੋਕਾਂ ਦੇ ਦਿਲਾਂ 'ਚ, ਅਸੀਂ ਕੁੜੀਆਂ ਹੋ ਕੇ ਨਹੀਂ ਬਣਾਈ, ਤੁਸੀਂ ਮੁੰਡੇ ਹੋ ਕੇ ਇੰਨਾ ਛਾਏ ਹੋ ਦਿਲਾਂ 'ਚ? ਮੈਂ ਦੱਸਦਾ ਜੀ, ਦੇਖੋ ਨਫ਼ਰਤ ਫੈਲਾਉਣਾ ਬਹੁਤ ਮੁਸ਼ਕਿਲ ਹੈ, ਪਿਆਰ ਫੈਲਾਉਣਾ ਬਹੁਤ ਆਸਾਨ ਹੈ, ਠੀਕ ਹੈ ਨਾ। ਪਰ ਪਤਾ ਨਹੀਂ ਕਿਉਂ ਲੋਕ ਮੁਸ਼ਕਿਲ ਕੰਮ ਜਲਦੀ ਕਰ ਦਿੰਦੇ, ਹੈ ਨਾ, ਪਤਾ ਨਹੀਂ ਕੀ ਹੈ। ਤੁਸੀਂ ਕਿਸੇ ਨੂੰ ਵੀ ਮੁਸਕਰਾ ਕੇ ਬੋਲੋਗੇ, ਕਿਸੇ ਨੂੰ ਵੀ ਮੁਸਕਰਾ ਕੇ ਉਹਦੇ ਨਾਲ ਗੱਲ ਕਰੋ, ਜਾਂ ਫਿਰ ਕਿਸੇ ਨੂੰ ਮੁਸਕਰਾ ਕੇ ਦੇਖੋ। ਆਪਾਂ ਬਾਜ਼ਾਰ ਦੇ ਵਿੱਚ ਜਾਂਦੇ ਹਾਂ, ਕਿਸੇ ਅਨਨੋਨ ਪਰਸਨ ਦੇ ਆਪਾਂ ਸਾਹਮਣੇ ਜਾ ਕਰਕੇ, ਜਾਂ ਫਿਰ ਉਹ ਜਾਂਦੇ ਜਾਂਦੇ ਆਉਂਦੇ ਜਾਂਦੇ ਕਿਸੇ ਨੂੰ ਦੇਖਦੇ ਹਾਂ, ਤਾਂ ਉਹਦੇ ਇੱਕ ਹਲਕੀ ਜਿਹੀ ਐਸੇ ਮੁਸਕਰਾਹਟ ਦਿੰਦੇ ਆ, ਤਾਂ ਆਪਾਂ ਨੂੰ ਬਦਲੇ 'ਚ ਮੁਸਕਰਾਹਟ ਮਿਲਦੀ ਹੈ, ਠੀਕ ਹੈ ਨਾ। ਤੇ ਐਵੇਂ ਹੈ, ਜੇ ਤੁਸੀਂ ਆਪਣਾ ਕੰਮ ਕਰਨਾ ਹੈ ਮੁਸਕਰਾ ਕੇ ਕਰੋ, ਔਰ ਜਿਹਨਾਂ ਲਈ ਕੰਮ ਕਰਦਾ ਹੈ ਉਹਨਾਂ ਨੂੰ ਇਹ ਨਾ ਸਮਝੋ ਕਿ ਉਹ ਮੇਰੇ ਕਲਾਇੰਟ ਹੈ, ਠੀਕ ਹੈ ਨਾ, ਉਹ ਇਹ ਸਮਝੋ ਕਿ ਮੇਰੇ ਫੈਮਿਲੀ ਮੈਂਬਰਸ ਹੈ, ਉਹਨਾਂ ਨਾਲ ਵੈਸੇ ਹੀ ਉਹਨਾਂ ਦੇ ਨਾਲ ਫੈਮਿਲੀ ਮੈਂਬਰ ਦੀ ਤਰ੍ਹਾਂ ਕੰਮ ਕਰੋ, ਤਾਂ ਆਟੋਮੈਟਿਕਲੀ ਤੁਸੀਂ ਉਹਨਾਂ ਦੇ ਦਿਲ ਦੇ ਵਿੱਚ ਜਾਂ ਫਿਰ ਉਹਨਾਂ ਦੀ ਫੈਮਿਲੀ ਦੇ ਵਿੱਚ ਜਗ੍ਹਾ ਬਣਾਓਗੇ। ਸਰ, ਬੀਇੰਗ ਅ ਗਰਲ, ਇੱਕ ਗੱਲ ਪੁੱਛਣਾ ਚਾਹੂੰਗੀ, ਹੈ ਨਾ। ਮੋਸਟ ਆਫ ਲੋਕੀ, ਮੈਂ ਲੋਕਾਂ ਨੂੰ ਕਹਿ ਦਿੰਦੀ ਕਿ ਮੈਂ ਆਪ ਤੋਂ ਸੋਹਣੀ ਐਂਕਰ ਤਾਂ ਉਹਨਾਂ ਨੂੰ ਦੇ ਦਿੰਦੀ ਹਾਂ, ਹੈ ਨਾ। ਤਾਂ ਲੋਕੀ ਮੈਨੂੰ ਕਹਿੰਦੇ ਨਹੀਂ ਰਾਧਿਕਾ, ਸਾਨੂੰ ਸੋਹਣੀ ਨਹੀਂ ਚਾਹੀਦੀ, ਸਾਨੂੰ ਸਕਿੱਲਸ ਮੈਟਰ ਕਰਦੇ ਨੇ। ਨਾਓ ਆਈ ਵਿਲ ਆਸਕ ਯੂ ਕਿ ਸਕਿੱਲਸ ਮੈਟਰ ਕਰਦੇ ਜਾਂ ਬਿਊਟੀ ਮੈਟਰ ਕਰਦੀ? ਆਡੀਅੰਸ ਬਹੁਤ ਤਰ੍ਹਾਂ ਦੀ ਹੁੰਦੀ ਹੈ, ਔਰ ਇੰਨੇ ਤਰ੍ਹਾਂ ਦੇ ਲੋਕ ਇੱਕੋ ਤਰ੍ਹਾਂ ਦਾ ਖਾਣਾ ਨਹੀਂ ਖਾਂਦੇ, ਨਾ ਹੀ ਇੱਕੋ ਤਰ੍ਹਾਂ ਦਾ ਪਹਿਨਦੇ ਆ। ਜੇ ਤੁਸੀਂ ਸਾਰੀ ਦੁਨੀਆ ਨੂੰ ਕਹੋ ਕਿ ਇੱਕੋ ਤਰ੍ਹਾਂ ਦੇ ਕੱਪੜੇ ਪਹਿਨਣੇ ਆ, ਤਾਂ ਉਹ ਨਹੀਂ ਪਹਿਨਣਗੇ, ਜਾਂ ਫਿਰ ਇੱਕੋ ਤਰ੍ਹਾਂ ਦਾ ਖਾਣਾ ਖਾਣਾ ਹੈ ਤਾਂ ਉਹ ਨਹੀਂ ਖਾਣਗੇ। ਇਸੇ ਤਰ੍ਹਾਂ ਹਰੇਕ ਦੀ ਆਪਣੀ ਆਪਣੀ ਚੋਇਸ ਹੁੰਦੀ ਹੈ, ਕਿਸੇ ਨੂੰ ਸ਼ਕਲ ਦਾ ਸੋਹਣਾ ਪਸੰਦ ਹੈ, ਕਿਸੇ ਨੂੰ ਅਕਲ ਦਾ ਸੋਹਣਾ ਪਸੰਦ ਹੈ, ਹੈ ਨਾ। ਕਿਸੇ ਨੂੰ ਸੂਰਤ ਚੰਗੀ ਲੱਗਦੀ ਹੈ ਤੇ ਕਿਸੇ ਨੂੰ ਸੀਰਤ ਚੰਗੀ ਲੱਗਦੀ ਹੈ, ਠੀਕ ਹੈ। ਔਰ ਜੋ ਤੁਹਾਡੇ ਵਿੱਚ ਕੁਆਲਿਟੀ ਹੈ, ਜੇ ਤੁਹਾਡੀ ਸੂਰਤ ਅੱਛੀ ਹੈ ਤਾਂ ਤੁਸੀਂ ਆਟੋਮੈਟਿਕਲੀ ਉਹਨਾਂ ਲੋਕਾਂ ਨੂੰ ਅੱਛੇ ਲੱਗੋਗੇ ਜਿਹਨਾਂ ਨੂੰ ਸੂਰਤ ਪਸੰਦ ਹੈ। ਜੇ ਤੁਹਾਡੇ 'ਚ ਸੀਰਤ ਅੱਛੀ ਹੈ ਤਾਂ ਆਟੋਮੈਟਿਕਲੀ ਉਹਨਾਂ ਲੋਕਾਂ ਨੂੰ ਅੱਛੇ ਲੱਗੋਗੇ ਜਿਹਨਾਂ ਨੂੰ ਸੀਰਤ ਪਸੰਦ ਹੈ। ਬਟ ਸਰ, ਮੇਰੇ ਹਿਸਾਬ ਨਾਲ ਜਿਹੜੇ ਤੁਹਾਡੇ ਸਕਿੱਲਸ ਹੁੰਦੇ ਨੇ ਉਹ ਜਦੋਂ ਨਿਕਲ ਕੇ ਬਾਹਰ ਆਉਂਦੇ ਨੇ ਤਾਂ ਤੁਸੀਂ ਆਟੋਮੈਟਿਕਲੀ ਸੋਹਣੇ ਲੱਗਦੇ ਹੋ। ਲਾਈਕ ਕਾਕਾ ਇਜ਼ ਦਾ ਬਿਗੈਸਟ ਐਗਜ਼ਾਮਪਲ, ਰਾਣੀ ਮੁਖਰਜੀ ਕਿੰਨੇ ਕੁ ਸੋਹਣੇ ਆ, ਕਾਜੋਲ ਕਿੰਨੇ ਕੁ ਸੋਹਣੇ ਆ। ਜੇ ਬਾਲੀਵੁੱਡ ਲੈਵਲ ਦੀ ਗੱਲ ਕਰੀਏ ਪੰਜਾਬ 'ਚ, ਕਾਕਾ ਕਿੰਨਾ ਕੁ ਸੋਹਣਾ ਅੱਜ ਛਾਇਆ ਹੋਇਆ, ਹੈ ਨਾ। ਤੇ ਮੰਨਿਆ ਉਹ ਕੁੜੀ ਨਹੀਂ ਹੈ, ਮੁੰਡਾ ਇਹ, ਬਟ ਉਹਨਾਂ ਦਾ ਉਹਨਾਂ ਸਕਿੱਲਸ ਕਰਕੇ ਦੇ ਆ ਸ਼ਾਈਨਿੰਗ ਸਟਾਰਸ, ਆਈ ਥਿੰਕ ਸੋ। ਤੇ ਉਹਨਾਂ ਦੀ ਮਿਹਨਤ ਕਹਿੰਦੀ ਹੈ, ਮਿਹਨਤ ਬਹੁਤ ਰਹੀ ਹੈ ਨਾ। ਉਹਨਾਂ ਨੂੰ ਉਹੀ ਲੋਕ ਪਸੰਦ ਕਰਦੇ ਨੇ ਜਿਹਨਾਂ ਨੂੰ ਸੀਰਤ ਪਸੰਦ ਆ, ਜਿਹਨਾਂ ਨੂੰ ਕਿਸੇ ਦੇ ਟੈਲੈਂਟ ਦੀ ਕਦਰ ਹੈ, ਠੀਕ ਹੈ ਨਾ। ਜੇ ਲੋਕਾਂ ਨੇ ਸਿਰਫ ਸ਼ਕਲ ਹੀ ਦੇਖਣੀ ਹੈ ਤਾਂ ਉਹ ਲੋਕਾਂ ਦੀ ਕੈਟਗਰੀ ਅਲੱਗ ਹੈ, ਉਹਨਾਂ ਨੇ ਹੋਰ ਤਰ੍ਹਾਂ ਦੇ ਆਰਟਿਸਟ ਪਏ ਨੇ। ਹਮਾਰੀ ਇੰਡਸਟਰੀ ਦੇ ਵਿੱਚ ਹਰੇਕ ਤਰ੍ਹਾਂ ਦੇ ਆਰਟਿਸਟ ਹੈ, ਜਿਸ ਤਰ੍ਹਾਂ ਦੀ ਆਡੀਅੰਸ ਹੈ, ਜਿਸ ਤਰ੍ਹਾਂ ਦੇ ਲੋਕ ਹੈ, ਉਸ ਤਰ੍ਹਾਂ ਦੇ ਆਰਟਿਸਟ ਹੈਗੇ ਹੈ। ਕਿਸੇ ਨੂੰ ਅੱਛੇ ਗਾਣ ਵਾਲੇ ਪਸੰਦ ਹੈ, ਕਿਸੇ ਨੂੰ ਅੱਛਾ ਦਿਖਣ ਵਾਲੇ ਪਸੰਦ ਹੈ, ਕਿਸੇ ਨੂੰ ਰੇਡੀਓ ਆਵਾਜ਼ ਵਾਲੇ ਅੱਛੇ ਲੱਗਦੇ ਹੈ, ਕਿਸੇ ਨੂੰ ਟੀਵੀ ਤੇ ਆਣ ਵਾਲੇ ਅੱਛੇ ਲੱਗਦੇ ਹੈ। ਸਰ, ਬੀਇੰਗ ਅ ਗਰਲ, ਇੱਕ ਹੋਰ ਗੱਲ ਪੁੱਛਣਾ ਚਾਹੂੰਗੀ। ਮੋਸਟਲੀ ਲੋਕੀ ਕਹਿੰਦੇ ਨੇ ਆ 5-7 ਸਾਲ ਕਮਾ ਲਓ, ਹੋਰ ਉਸ ਤੋਂ ਬਾਅਦ ਤੁਹਾਨੂੰ ਕਿਹਨਾਂ ਨੇ ਪੁੱਛਣਾ। ਮੀਨਸ ਏਜ ਮੈਟਰ ਕਰਦੀ ਆ ਕਿ ਮੰਨਿਆ ਜਦੋਂ ਸਮਝੋ ਮੈਂ 40 ਦੀ ਹੋ ਗਈ, ਕਿ ਆਫਟਰ 40 ਮੈਨੂੰ ਐਂਕਰਿੰਗ ਵਿੱਚ ਨਹੀਂ ਪੁੱਛਿਆ ਜਾਵੇਗਾ? ਜੇਕਰ ਅਸੀਂ ਦੇਖੀ ਜਾਵੇ ਕੈਨੇਡਾ ਦੇ ਵਿੱਚ ਪੂਨਮ ਸ਼ਰਮਾ ਮੈਮ ਨੇ, ਆਈ ਥਿੰਕ ਉਹ 50+ ਨੇ, ਬਟ ਫਿਰ ਵੀ ਉਹ ਵੱਡੇ ਵੱਡੇ ਸ਼ੋਅਸ ਕਰ ਰਹੇ ਨੇ। ਤੇ ਆਪਣੇ ਪੰਜਾਬ ਦੀ ਜਿਹਨੂੰ ਕੋਇਲ ਕਿਹਾ ਗਿਆ, ਸਤਵਿੰਦਰ ਸੱਤੀ ਜੀ, ਉਹ ਵੀ ਕਾਫੀ ਮਚੋਰ ਨੇ, ਹਾਲੇ ਵੀ ਉਹ ਸ਼ਾਈਨਿੰਗ ਸਟਾਰਸ ਨੇ। ਕਿ ਏਜ ਮੈਟਰ ਕਰਦੀ ਹੈ, ਮਤਲਬ ਕਿ ਸਾਨੂੰ ਏਜ ਮੈਟਰ ਨਹੀਂ ਕਰਦੀ, ਤੁਹਾਡਾ ਕੌਨਫੀਡੈਂਸ ਮੈਟਰ ਕਰਦਾ। ਤੁਸੀਂ ਸਰੀਰ ਤੋਂ ਭਾਵੇਂ ਬੁੱਢੇ ਹੋ ਜਾਓ, ਲੇਕਿਨ ਤੁਸੀਂ ਉਦੋਂ ਤੱਕ ਕੰਮ ਕਰ ਸਕਦੇ ਹੋ ਜਦੋਂ ਤੱਕ ਤੁਸੀਂ ਆਪਣੇ ਕੰਮ ਤੋਂ ਪ੍ਰਤੀ ਜਾਂ ਫਿਰ ਆਪਣੇ ਟੈਲੈਂਟ ਪ੍ਰਤੀ ਬੁੱਢੇ ਨਾ ਹੋ ਜਾਓ। ਜਿਸ ਦਿਨ ਤੁਸੀਂ ਆਪਣੇ ਟੈਲੈਂਟ ਦੇ ਨਾਲ ਬੁੱਢੇ ਹੋ ਗਏ ਹੋ ਜਾਂ ਫਿਰ ਟੈਲੈਂਟ ਤੋਂ ਭੱਜਣ ਲੱਗ ਗਏ ਹੋ,
उस टाइम तुहाडा करियर खत्म हो जाएगा। जिन्नी देर तुसी अपने टैलेंट प्रति ईमानदार हो उन्नी देर कोई भी चीज तुहाडे टैलेंट या फिर तुहाडे करियर नूं खत्म नहीं कर सकदी। लाइक लता मंगेशकर इज द बिगेस्ट एग्जांपल, ओ मरण तक गाउंदे रहे है ना 92 इयर्स। बहुत वड्डे नाम ने, बहुत वड्डे वड्डे नाम ने। हां जी ठीक है जी। उन्होंने टैलेंट नूं संभाल के रखे अपने नूं, उन्होंने अपने टैलेंट नूं छड्या नहीं है। और कुछ ऐसे वड्डे वड्डे नाम भी ने जिन्होंने बड़ी घट उम्र दे विच अपने टैलेंट नाल टैलेंट नूं छड्डता है, बड़ी घट उम्र दे विच अपने टैलेंट नूं छड्डता है या फिर अपने करियर फिर खत्म ही होना। ये लाइफ है, आर्टिस्ट की लाइफ उदों तक है जदों तक तुसी अपने काम नूं लेकर के ईमानदार नहीं हो। जदों तुसी अपने काम नूं काम प्रति ईमानदारी छड्ड दोगे तो ऑटोमैटिकली तुहाडा करियर खत्म हो जाएगा। Sir, being a great anchor, have a 23 years experience of your life, की message देना चाहोगे all anchors नो? जिने मेरे senior anchor है, उन्हानो सिर्फ एक हाथ जोड़ के request है कि juniors नो, सिर्फ junior ने समझो, उन्हानो भी मौका दो, क्योंकि सानू भी साडी seniors ने मौका दिता सी। और juniors नो ये request है कि जिस उम्र के पड़ाव के विच या फिर साल जिहड़े सालों के विच असी काम करते रहे हैं उस टाइम पर काम करन दा थोड़ा जा अलग डिफरेंट स्टाइल सी। हुण जिहड़े काम करन लगे हैं लोग या फिर एंकरस या कोई भी आर्टिस्ट वो अलग स्टाइल है, तो जो 15-20 साल निकल जाएंगे उदों अलग होएगा। मतलब उन्होंने अपने करियर नूं लेकर के अपने सीनियर्स दा मजाक नहीं उड़ाना चाहिए। मतलब उन्हां दी लैंग्वेज देखो जी कहो जी है या फिर देखिए वो की बोल रहे हैं ठीक है ना, क्योंकि वो पुरानी चीजा चलदियां सी। सर ऑल इज गॉल्ड। हाँ उस टाइम वो चलता सी, वो उत्थे रह रहे हैं, उन्हां ने तो वही चीज करनी है। अब हुण तुसी थोड़ा जा उपर हो, तुहाडा करियर उपर है, तुहाडा टैलेंट उपर है, तो तुसी अपना करना है। बट जदों तुसी 20 साल हो जाएंगे काम करन तो ਉਦੋਂ ਤੁਹਾਡੇ ਅੱਗੇ ਜਿਹੜੇ ਹੋਰ ਜੂਨੀਅਰ ਆਣਗੇ ਉਹ ਹੋਰ ਲੈਵਲ ਉੱਪਰ ਹੋਏਗਾ। ਤਾਂ ਮੌਕਾ ਵੀ ਦੇਣਾ ਚਾਹੀਦਾ ਤੇ ਜਿਨ੍ਹਾਂ ਨੂੰ ਮੌਕਾ ਮਿਲਦਾ ਉਸ ਮੌਕੇ ਨਾਲ ਇਮਾਨਦਾਰੀ ਦੇ ਨਾਲ ਕੰਮ ਕਰਨਾ ਚਾਹੀਦਾ। ਪਰਿਵਰਤਨ ਹੀ ਕਿਉਂਕਿ ਸੰਸਾਰ ਦਾ ਨਿਯਮ ਹੈ ਨਾ, ਬਿਲਕੁਲ ਸ਼ੁਡ ਚੇਂਜ ਅਕੋਰਡਿੰਗ ਟੂ ਟਾਈਮ। ਦੇਖੋ ਕੋਈ ਜਾਏਗਾ ਨਹੀਂ ਤੇ ਅੱਗੋਂ ਕੋਈ ਆਏਗਾ ਕਿਵੇਂ? ਯਾ ਵੈਰੀ ਟਰੂ ਹੈ ਨਾ ਜੀ। ਹਾਂ ਜੇ ਪਤਝੜ ਨਹੀਂ ਆਏਗੀ ਤਾਂ ਬਸੰਤ ਕਿਵੇਂ ਆਏਗਾ? ਠੀਕ ਹੈ ਨਹੀਂ, ਜਦੋਂ ਕੁਦਰਤ ਨੂੰ ਪਤਾ ਹੈ ਕਿ ਇੱਕ ਵਰਿਕਸ਼ ਹੈਗਾ ਉਸਦੇ ਪੱਤੇ ਇੱਕ ਐਸੇ ਮੌਸਮ ਦੇ ਵਿੱਚ ਆ ਕਰਕੇ ਝੜ ਜਾਣੇ ਆ, ਕਿਉਂਕਿ ਉਹ ਝੜਨ ਦਾ ਕਾਰਨ ਇਹ ਹੈ ਕਿਉਂਕਿ ਉਸ ਤੋਂ ਬਾਅਦ ਨਵੇਂ ਪੱਤਿਆਂ ਦੇ ਆਉਣ ਦਾ ਮੌਕਾ ਹੈ। ਤਾਂ ਇਹ ਚੀਜ਼ਾਂ ਸਾਨੂੰ ਸੀਨੀਅਰਸ ਨੂੰ ਵੀ ਸਮਝਣੀਆਂ ਚਾਹੀਦੀਆਂ ਨੇ ਤੇ ਅੱਗੇ ਜੂਨੀਅਰਸ ਨੂੰ ਵੀ ਸਮਝਣੀਆਂ ਚਾਹੀਦੀਆਂ ਨੇ ਕਿ ਜੇ ਤੁਹਾਨੂੰ ਮੌਕਾ ਮਿਲਿਆ ਤਾਂ ਉਸ ਨੂੰ ਇਮਾਨਦਾਰੀ ਦੇ ਨਾਲ ਕੰਮ ਕਰੋ। ਕੋਈ ਪਰਸਨ ਆਪਣੇ ਤੋਂ ਉਮਰ ਦੇ ਵਿੱਚ ਵੱਡਾ ਹੈ ਲੇਕਿਨ ਤੁਹਾਡੇ ਵਿੱਚ ਟੈਲੈਂਟ ਜ਼ਿਆਦਾ ਹੈ, ਉਸ ਪਰਸਨ ਨਾਲੋਂ ਤੁਹਾਡੇ ਵਿੱਚ ਟੈਲੈਂਟ ਜ਼ਿਆਦਾ ਹੈ, ਲੋਕ ਤੁਹਾਡੇ ਕੰਨੀ ਜ਼ਿਆਦਾ ਅਟਰੈਕਟਿਵ ਨੇ ਉਹ ਪਰਸਨ ਨੂੰ ਲੈ ਕਰਕੇ। ਲੇਕਿਨ ਇਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਉਹ ਤੁਹਾਡੇ ਤੋਂ ਛੋਟਾ ਹੋ ਗਿਆ। ਤੇ ਉਸਦੀ ਉਮਰ ਦੀ ਔਰ ਉਸਦੇ ਕਰੀਅਰ ਦੀ ਇੱਜ਼ਤ ਕਰੋ, ਉਸਨੂੰ ਰਿਸਪੈਕਟ ਦਿਓ, ਕਿਉਂਕਿ ਜੇ ਤੁਸੀਂ ਰਿਸਪੈਕਟ ਦਿਓਗੇ ਤਾਂ ਅੱਗੇ ਜੋ ਟਾਈਮ ਆਏਗਾ ਉਹਦੇ ਵਿੱਚ ਤੁਹਾਨੂੰ ਵੀ ਰਿਸਪੈਕਟ ਦੇਣਗੇ। ਸਰ ਨਾਈਸ ਟੂ ਟਾਕ ਟੂ ਯੂ, ਰੀਅਲੀ ਯੂ ਆਰ ਸੱਚ ਅ ਗ੍ਰੇਟ ਪਰਸਨੈਲਿਟੀ, ਗੋਡ ਬਲੈਸ ਯੂ, ਆਈ ਲਵ, ਜੈ ਮਾਤਾ ਦੀ। ਥੈਂਕ ਯੂ ਜੀ, ਜੈ ਮਾਤਾ ਦੀ।